ਸਤਿ ਸ਼੍ਰੀ ਅਕਾਲ ਦੋਸਤੋ, ਔਰ ਇਹ ਬੜੀ ਮਜ਼ੇ ਦੀ ਗੱਲ ਹੈ ਕਿ ਜਦ ਵੀ ਮੈਂ ਰਬਾਬ ਸਟੂਡੀਓ ਮੋਹਾਲੀ ਵਿੱਚ ਆਉਂਦਾ ਤਾਂ ਕੋਈ ਨਾ ਕੋਈ ਐਸੀ ਸ਼ਖਸੀਅਤ ਇੱਧਰ ਮੇਰੇ ਨਾਲ ਹੀ ਹੁੰਦੇ ਨੇ। ਦਿਸ ਇਜ਼ ਮਾਈ ਗੁੱਡ ਲੱਕ, ਔਰ ਮੇਰਾ ਬੜਾ ਮਨ ਕਰਦਾ ਕਿ ਮੈਂ ਤੁਹਾਡੇ ਨਾਲ ਉਸ ਗੱਲ ਨੂੰ ਸਾਂਝੀ ਕਰਾਂ, ਉਹਨਾਂ ਨੂੰ ਮਿਲਾਵਾਂ ਜ਼ਰੂਰ, ਅਤੇ ਬਹੁਤ ਫੇਵਰੇਟ। ਔਰ ਤੁਸੀਂ ਉਹਨਾਂ ਦਾ ਨਾਂ ਸੁਣ ਕੇ ਕਹੋ ਯਾਰ ਕਿ ਬਹੁਤ ਕਰੈਕਟ ਹੋ ਗਿਆ ਕਿ ਅੱਜ ਉਹਨਾਂ ਨਾਲ ਤੁਹਾਨੂੰ ਮਿਲਾ ਰਿਹਾ। ਇੰਨੀ ਕੋਈ ਗੈਸ ਹੈਗਾ ਤੁਹਾਡੇ ਨਾਲ ਕਿ ਮੈਂ ਕਿਹਨੂੰ ਮਿਲਾਉਣ ਵਾਲਾ? ਅਤੇ ਮੈਂ ਗੈਸ ਤੁਸੀਂ ਲਾਇਆ, ਪਤਾ ਨਹੀਂ ਕੌਣ ਆ ਗਿਆ, ਕਮਲ ਜੀ ਆ ਗਏ, ਆਪੇ ਇੱਧਰ ਜਗਮੋਹਨ ਜੀ ਆ ਗਏ। ਅੱਛਾ, ਅਤੇ ਹੁਣ ਦੇਖਦੇ ਹਾਂ, ਮੈਂ ਤੁਹਾਨੂੰ ਮਿਲਾਉਣਾ ਮਾਈ ਫੇਵਰੇਟ। ਤੁਸੀਂ ਇਹ ਗਾਣਾ ਬਹੁਤ ਵਾਰ ਸੁਣਿਆ ਹੋਏਗਾ, ਥੋੜ੍ਹਾ ਗਾਣੇ ਨਾਲ ਹੀ ਸਟਾਰਟ ਕਰਾਂ। ਬਿਲਕੁਲ ਸਰ, ਬਿਲਕੁਲ, ਨਹੀਂ ਮੈਂ ਸਿੱਧਾ ਮਿਲਵਾਉਣਾ। ਮਾਈ ਫੇਵਰੇਟ ਐਂਡ ਓਨਲੀ ਵਨ ਐਂਡ ਓਨਲੀ ਵਨ, ਸਰਦੂਲ ਸਿਕੰਦਰ। ਥੈਂਕ ਯੂ। ਅੱਜ ਅਸੀਂ ਆਟੇ ਦੀ ਚਿੜੀ ਦਾ ਇੱਕ ਗਾਣਾ ਰਿਕਾਰਡ ਕੀਤਾ ਹੈ, ਔਰ ਤੁਹਾਡੇ ਨਾਲ ਕੁਝ ਗੱਲਾਂ ਜ਼ਰੂਰ ਸਾਂਝੀਆਂ ਕਰਾਂਗਾ ਕਿ ਮੇਰੀ ਅਤੇ ਸਰਦੂਲ ਜੀ ਦੀ ਬਹੁਤ ਜ਼ਿਆਦਾ ਨੇੜਤਾ ਹੈ। ਮੈਂ ਕਿਸ ਟਾਈਮ ਤੋਂ ਤੁਹਾਡੇ ਨਾਲ ਹਾਂ, ਯਾਦ ਹੈ ਤੁਹਾਨੂੰ? ਮਾੜੇ ਵਕਤਾਂ। ਵਾਹ 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 ਵਾਹ। ਲੇਕਿਨ ਪਹਿਲਾ ਗਾਣਾ ਕਿਹੜਾ ਸੀਗਾ ਜਦ ਮੈਂ ਤੁਹਾਨੂੰ ਮਿਲਿਆ? ਮੇਰਾ ਲਾਈਫ ਮਿਲਿਆ ਉਦੋਂ ਮੇਰੇ ਖਿਆਲ ਸੀਗਾ ਉਹ ਹਸਤੀ ਸੀ ਦੂਰ ਖੜੀ। ਨਹੀਂ ਨਹੀਂ ਨਹੀਂ, ਜਦ ਮੈਂ ਐਜ਼ ਮਿਊਜ਼ੀਸ਼ੀਅਨ ਮਿਲਿਆ, ਐਜ਼ ਅ ਗਿਟਾਰਿਸਟ, ਐਜ਼ ਬੇਸ ਗਿਟਾਰ ਮਿਲੇ ਸੀ ਮੇਰੇ ਪਹਿਲੇ ਗਾਣੇ 'ਚ। ਕਿਹੜਾ ਗਾਣਾ ਸੀ ਮੈਂ ਦੱਸਣਾ? ਆ ਗਈ ਰੋਡ ਵੇਜ ਦੀ ਲਾਈ। ਓ ਮਾਈ ਗੋਡ, ਸੋਨਾ ਸ਼ੁਰੂ ਤੋਂ ਸ਼ੁਰੂ ਤੋਂ ਸੋਨਾ ਡੋਰ ਗੁਰੂ ਜੀ ਉਹਜਾ ਸਾਹਿਬ ਦੇ। ਹਾਂ, ਤੁਸੀਂ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਆਇਆ ਮੁੰਡਾ ਹੈ ਗੁਰੂ ਜੀ ਉਹਜਾ ਸਾਹਿਬ ਸਾਡੇ ਉਸਤਾਦ, ਤੇ ਉਹਨਾਂ ਨੇ ਕਿਹਾ ਇੱਕ ਮੁੰਡਾ ਆਇਆ ਉਹਨੂੰ ਕਰਨੇ ਯਾਰ, ਗਾਉਂਦਾ ਬਹੁਤ ਵਧੀਆ ਲੇਕਿਨ ਪਹਿਲੇ ਅਸੀਂ ਕੁਝ ਹੋਰ ਕਰ ਰਹੇ ਹੁੰਦੇ, ਤੇ ਰੋਡ ਵੇਜ ਦੀ ਲਾ ਰਹੀ ਹੈ ਨਾ, ਉਹ ਰਿਕਾਰਡ ਕੀਤਾ। ਤੇ ਮੈਂ ਚਾਹਾਂਗਾ ਜ਼ਰੂਰ ਕੋਈ ਨਾ ਕੋਈ ਗੱਲਾਂ ਤੁਸੀਂ ਇਹਨਾਂ ਨੂੰ ਸਾਡੀ ਰਿਕਾਰਡਿੰਗ ਬਾਰੇ ਕੁਝ ਦੱਸੋ। ਗਾਣਾ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਸਰਦੂਲ ਜੀ ਨੇ, ਸਾਡੇ ਦੋਸਤੋ ਸੁਰ ਨੂੰ ਸਮਝਣ ਵਾਲੇ ਹੋ ਸਾਰੇ ਹੋ, ਤਾਂ ਸੁਰ ਦੀ ਤਹਿਜ਼ੀਬ ਰੱਖਣ ਵਾਲੇ ਹੋ। ਜਿਹਦੇ ਅਸੀਂ ਬਹੁਤ ਪੁਰਾਣੇ, ਜਿਉਂ ਮੈਂ ਗੁਰੂ ਜੀ ਕੋਲ ਗਿਆ ਸੀਗਾ, ਔਰ ਸਭ ਤੋਂ ਪਹਿਲਾਂ ਜੈਦੇਵ ਨੂੰ ਮੈਂ ਮਿਲਿਆ ਸੀਗਾ, ਔਰ ਜੈਦੇਵ ਇੱਕ ਮਿਊਜ਼ਿਕ ਡਾਇਰੈਕਟਰ ਹੀ ਨਹੀਂ ਹੈ ਮੇਰੇ ਲਈ, ਇੱਕ ਮੇਰੇ ਲਈ ਵੱਡੇ ਭਰਾ ਨੇ ਮੇਰੇ ਇਹ। ਸਾਡੀ ਅਸੀਂ ਮਿਲੀਏ ਨਾ ਮਿਲੀਏ, ਫੋਨ ਹੋਵੇ ਨਾ ਹੋਵੇ, ਪਰ ਜਿਹੜੀ ਦਿਲਾਂ ਦੀ ਸਾਂਝ ਹੈ ਸਾਡੀ ਉਹ ਬੜੀ ਪਾਕ ਅਤੇ ਬੜੀ ਨਜ਼ਦੀਕ ਹੈ। ਸ਼ੁਰੂ ਤੋਂ ਫਰੋਮ ਦਾ ਬਿਗਨਿੰਗ, ਹੁਣ ਜਿਵੇਂ ਇਹਨਾਂ ਨੇ ਦੱਸਿਆ ਕਿ ਗਾਣਾ ਸੀਗਾ ਰੋਡਵੇਜ਼ ਦੀ ਲਾਰੀ 'ਚ ਵਜਾਇਆ ਸੀਗਾ ਅਸੀਂ, ਸੋ ਉਸ ਤੋਂ ਬਾਅਦ ਫਿਰ ਅਸੀਂ ਹੁਣ ਤੱਕ ਜਿੰਨੇ ਗੁਰੂ ਜੀ ਤੋਂ ਬਾਅਦ ਜਿੰਨੇ ਹਿੱਟ ਹੋਏ, ਜਿੰਨੇ ਹਿੱਟ ਦਿੱਤੇ ਉਹ ਜੈਦਵ ਹੋਰਾਂ ਨੇ ਦਿੱਤੇ, ਔਰ ਜਿੰਨੇ ਵੀ ਗਾਣੇ ਉਹ ਭਾਵੇਂ ਕਮਰਸ਼ੀਅਲ ਨੇ, ਰੂਹਦਾਰੀ ਦੇ ਨੇ ਜਾਂ ਫੋਕ ਹੈ, ਉਹ ਤੁਸੀਂ ਸੁਣੇ ਹੀ ਨਹੀਂ ਸਾਰੇ। ਔਰ ਜੈਦੇਵ ਨਾਲ ਮੇਰੇ ਫੈਮਿਲੀ ਤਾਲੁਕਾਤ ਨੇ, ਇਕੱਲੇ ਮਿਊਜ਼ਿਕ ਡਾਇਰੈਕਟਰ ਨਹੀਂ ਹੈਗੇ, ਜੈਦੇਵ ਹੋਰਾਂ ਦੇ ਮੰਮੀ ਸਾਡੇ ਮੰਮੀ, ਔਰ ਅਸੀਂ ਜਿਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਉਹ ਵੀ ਉਹਨਾਂ ਦੇ, ਮੈਂ ਜੈਦੇਵ ਜੀ ਦੇ ਡੈਡੀ, ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਜਨਾਬ ਪੰਨਾ ਲਾਲ ਜੀ ਕਥਕ, ਉਹਨਾਂ ਦੀਆਂ ਬਣਾਈਆਂ ਕੰਪੋਜੀਸ਼ਨਾਂ, ਮੇਰਾ ਖਿਆਲ ਹੈ ਵੀ ਮੇਰੇ ਤੋਂ ਜ਼ਿਆਦਾ ਫੈਨ ਨਹੀਂ ਹੋਣਾ ਬਿਲਕੁਲ ਉਹਨਾਂ ਕੰਪੋਜੀਸ਼ਨਾਂ ਦਾ, ਸਾਡੇ ਪਿਤਾ ਜੀ ਪੰਨਾ ਲਾਲ ਜੀ ਦਾ, ਔਰ ਜੈਦੇਵ ਦੇ ਵਾਈਫ ਸਿੰਮੀ ਔਰ ਬੇਟੀ, ਉਹਦਾ ਨਾਮ ਹੈ ਜੀਆ ਰੱਖਿਆ ਹੋਇਆ, ਜਦੋਂ ਬਹੁਤ ਛੋਟੀ ਸੀਗੀ ਮੈਂ ਕਿਹਾ ਮੈਂ ਮੇਰੀ ਇਹ ਜੀਆ ਹੀ ਹੈ ਤੁਹਾਡੀ ਨਿਸ਼ੂ, ਸਰਦੂਲ ਦੀ ਫੈਮਿਲੀ ਤੋਂ ਫੋਨ ਆਇਆ। ਸੋ ਜੀ ਮੈਂ ਸਭ ਤੋਂ ਇੰਪੋਰਟੈਂਟ ਗੱਲ ਦੱਸਣੀ ਹੈ। ਹਾਂਜੀ ਹਾਂਜੀ ਹਾਂਜੀ, ਅਸੀਂ ਰਿਕਾਰਡਿੰਗ ਕਰ ਰਹੇ ਸੀ ਜੀ, ਖੱਟ ਟੁਕੜੇ ਟੁਕੜੇ, ਤੇ
ਅਸੀਂ ਸਾਰਾ ਡੰਮੀ ਡੁੰਮੀ ਉਸ ਵੇਲੇ ਸਾਰਾ ਲਾਈਵ ਹੁੰਦਾ ਸੀ। ਮੈਂ ਇਸ ਗੱਲ ਨੂੰ ਬਲੈਸ ਸਮਝਣਾ ਕਿ ਅਸੀਂ ਐਨਾਲੋਗ ਟਾਈਮ ਦੇ ਦੋਸਤ ਹੈਗੇ ਜੀ। ਐਨਾਲੋਗ ਤੋਂ ਵੀ ਪਹਿਲੇ ਟੂ ਟਰੈਕ ਤੋਂ ਬਾਅਦ 4 ਟਰੈਕ ਆਇਆ, 4 ਤੋਂ ਬਾਅਦ 16 ਆਇਆ, ਫਿਰ ਅਸੀਂ ਬੰਬੇ ਉਹ ਸਟੂਡਰ ਦੇ ਰਜਿੰਦਰ ਜੀ ਐਨਾਲੋਗ ਕੇ ਟਾਈਮ ਕੇ ਹਮ ਦੋਸਤ ਹੈ। ਟੂ ਟਰੈਕ ਬੰਬੇ ਮੇ ਹਮਨੇ ਟਰੈਕ ਬਣਾ ਲਈ, ਕਿਉਂਕਿ ਤਬ ਪਹਿਲੇ ਕੇ ਹੋਤਾ ਥਾ ਕਿ ਸਾਰੇ ਟਰੈਕ ਬਣਾ ਲੇਤੇ ਥਾ, ਮੈਂ ਇਨਕੇ ਸਕੇਲ ਲੈ ਕੇ ਖੁਦ ਹਲਕਾ ਫੁਲਕਾ ਗਾ ਕੇ ਔਰ ਫਿਰ ਇਨਕੋ ਬੋਲਤਾ ਥਾ। ਤੋ ਮੈਨੇ ਇਨਕੋ ਯੇ ਬੋਲਾ ਕਿ ਕੱਲ ਸੁਬਹ ਵਾਇਲੈਂਸ ਸੈਕਸ਼ਨ ਆ ਰਹਾ ਹੈ, ਤੁਸੀਂ ਆ ਕੇ ਪਲੀਜ਼ ਆ ਕੇ ਡਮੀ ਗਾ ਦਿਓ, ਔਰ ਯੇ ਕਹੀਂ ਖੜੇ ਹੋ ਕੇ ਗੋਲਗੱਪੇ ਗਾ ਰਹੇ ਜੂ ਮੈਂ ਘੁੰਮ ਰਹੇ ਥੇ। ਵਾਹ ਵਾਹ ਜੀ। ਤੋ ਯੇ ਜਬ ਆਇਆ ਮੈਨ ਕਿਹਾ ਕਿੱਥੇ ਦੀ ਯਾਰ, ਗੋਲਗੱਪੇ ਖਾਣ ਚਲੇ ਗਏ। ਮੈਂ ਕਿਹਾ ਯਾਰ ਰਿਕਾਰਡਿੰਗ ਕਰ ਰਹੇ ਤੁਸੀਂ, ਥੋੜਾ ਧਿਆਨ ਰੱਖੋ। ਕਹਿੰਦੇ ਚੱਲ ਡਮੀ ਗਾਣੀ ਹੈ, ਔਰ ਉਹ ਡਮੀ ਇਹਨਾਂ ਨੇ ਗਾਈ, ਔਰ ਤੁਸੀਂ ਬਿਲੀਵ ਨਹੀਂ ਕਰੋਗੇ, ਦਿਸ ਇਜ਼ ਵੈਰੀ ਵੈਰੀ ਸਪੈਸ਼ਲ ਥਿੰਗ। ਉਹ ਡਮੀ ਹੀ ਅਪਰੂਵ ਹੋਈ, ਉਹ ਡਮੀ ਕੇ ਉੱਪਰ ਗਾਣਾ ਹੀ ਨਹੀਂ ਹੋ ਪਾਇਆ। ਔਰ ਕਿਤਨੇ ਗਾਣੋ ਮੈਂ ਐਸਾ ਹੁਆ ਹਮਾਰਾ ਨਜ਼ਰਾ ਤੋਂ ਗਿਰ ਗਈ ਕਿ ਸਾਰੀ ਐਲਬਮ ਨਖਰਾ ਜਨਾਬ ਦਾ, ਨਖਰਾ ਜਨਾਬ ਤੇਰੇ ਕੋਲ ਯਾਰ, ਸਾਨੂੰ ਇਹੋ ਜਿਹੀ ਉਮੀਦ ਸੀ, ਸਾਰਾ ਡਮੀ ਡਮੀ ਇਹਨਾਂ ਨੇ ਗਾਇਆ ਸੀ, ਔਰ ਉਹੀ ਓਕੇ ਹੋਇਆ। ਤੇ ਅੱਜ ਵੀ ਇਹਨਾਂ ਨੇ ਜੋ ਹੁਣ ਗਾਇਆ, ਮੈਂ ਉਹਨਾਂ ਨੇ ਕਿਹਾ ਡਮੀ ਠੀਕ ਹੋ ਗਈ ਹੈ। ਕੀ ਬਾਤ ਹੈ ਸਰ, ਕੀ ਬਾਤ ਹੈ। ਐਕਚੁਅਲੀ ਇੱਕ ਕੈਮਿਸਟਰੀ ਦੀ ਗੱਲ ਹੁੰਦੀ ਹੈ, ਰੂਹਦਾਰੀ ਦੀ ਗੱਲ ਹੁੰਦੀ ਹੈ। ਇੱਕ ਵਾਰ ਕਿਸੇ ਨਾਲ ਟਿਊਨਿੰਗ ਹੋ ਜਾਵੇ ਰੂਹ ਦੀ, ਮਿਊਜ਼ੀਕਲੀ ਟਿਊਨਿੰਗ ਤਾਂ ਕਈ ਬੰਦਿਆਂ ਨਾਲ ਹੁੰਦੀ ਹੈ, ਰੂਹ ਦੀ ਟਿਊਨਿੰਗ ਜਿਹੜੀ ਹੈ ਬਹੁਤ ਵੈਰੀ ਰੇਅਰ ਲੋਕ ਨੇ ਜਿਹਨਾਂ ਨਾਲ ਹੁੰਦੀ ਹੈ। ਔਰ ਜੋ ਜੈਦਮ ਨੇ ਮੇਰੇ ਲਈ ਬਣਾਇਆ ਹਮੇਸ਼ਾ, ਉਹ ਜਦੋਂ ਮੈਂ ਗਾਉਣਾ ਤੇ ਮੈਨੂੰ ਇਦਾਂ ਹੀ ਲੱਗਦਾ ਵੀ ਇਹ ਗਾਣਾ ਸਿਰਫ ਮੇਰੇ ਲਈ ਬਣਿਆ, ਔਰ ਜੈਦੇਵ ਕਿਸੇ ਹੋਰ ਲਈ ਗਾਣੇ ਨਹੀਂ ਬਣਾਉਂਦਾ, ਮੈਨੂੰ ਇਦਾਂ ਲੱਗਦਾ। ਪਰ ਜੇ ਕੋਈ ਹੋਰ ਵੀ ਆਰਟਿਸਟ ਉਹ ਗਾਣਿਆਂ ਨੂੰ ਗਾਉਂਦਾ, ਉਹਨੂੰ ਲੱਗਦਾ ਜੈਦੇਵ ਮੇਰੇ ਲਈ ਬਣਾਉਂਦਾ, ਹੋਰ ਲਈ ਕਿਸੇ ਲਈ ਬਣਾਉਂਦਾ। ਸੋ ਇਹ ਬਹੁਤ ਸਾਡੇ ਇੰਸੀਡੈਂਟ ਇੱਦਾਂ ਦੇ ਹੈ ਕਿ ਜੈਦੇਵ ਉਹਨਾਂ ਨੇ ਜਿੰਨੇ ਗਾਣੇ ਬਣਾਏ ਉਹ ਤਕਰੀਬਨ ਡਮੀ ਮੈਥੋਂ ਡੱਬ ਕਰਵਾਏ ਇਹਨਾਂ ਨੇ, ਅਤੇ ਬਾਈ ਚਾਂਸ ਮਾਂ ਸਰਸਵਤੀ ਦੀ ਕਿਰਪਾ ਨਾਲ, ਬਜ਼ੁਰਗਾਂ ਦੀ ਕਿਰਪਾ ਨਾਲ, ਗੁਰੂ ਜੀ ਦੀ ਕਿਰਪਾ ਨਾਲ, ਮਾਂ ਬਾਪ ਦੀ ਕਿਰਪਾ ਨਾਲ, ਔਰ ਉਹ ਫਾਈਨਲ ਹੋ ਕੇ ਨਿਬੜੇ। ਮੈਂ ਕਿੰਨੇ ਕੁ ਗਾਣਿਆਂ ਦਾ ਜ਼ਿਕਰ ਕਰਾਂ, ਜਦੋਂ ਹੋ ਗਈ ਮੇਰੀ ਡੋਲੀ, ਮਾਏ ਅੱਖੀਆਂ ਤੋਂ ਪਿੱਛੋਂ ਵੇਖ ਵੇਖ ਰੋਮੀ, ਮੇਰੇ ਗੁੱਡੀਆਂ ਪਟੋਲੇ ਬਲ ਸਾਹਿਬ ਦਾ। ਦੇਖੋ ਜੀ ਹੁਣ ਸਾਰੇ ਤੜਪ ਰਹੇ ਹੋਣਗੇ, ਇੱਕ ਅੱਧਾ ਗਾਣਾ ਹੋ ਜਾਏ ਜੀ, ਮੈਂ ਫਿਰ ਉਹੀ ਗਾਣਾ ਖਤ ਮੈਂ ਚਾਹਤਾ ਖਤ ਟੁਕੜੇ ਟੁਕੜੇ ਠੀਕ ਹੈ, ਬਿਲਕੁਲ ਇਟਸ ਓਕੇ। ਔਰ ਸਾਡੇ ਨਾਲ ਬਹੁਤ ਵੱਡੀ ਸ਼ਖਸੀਅਤ ਹੈ ਇੱਧਰ, ਮੇਰਾ ਬਹੁਤ ਫੇਵਰੇਟ, ਮੇਰਾ ਛੋਟਾ ਭਰਾ ਵਿੰਦਰ, ਵਿੰਦਰ ਇੱਥੇ ਰਤੂ ਮਾਜਰਾ, ਔਰ ਇੱਥੇ ਮੇਰਾ ਬੱਚਾ ਹੈ ਇਹ ਅਲਾਪ, ਔਰ ਇਹ ਸਾਰੰਗ, ਦੋ ਮਤਲਬ ਕਿਸੇ ਬੋਲਤੇ ਹੈ ਕਿ ਵਿਗੜੇ ਹੋਏ ਹਮਾਰੇ ਮਿਊਜ਼ੀਕਲ, ਕਿਆ ਬਾਤ ਹੈ, ਬੈਸਟ ਟਾਈਟਲ ਇਨ ਦ ਵਰਲਡ। ਹਮਾਰੇ ਸਾਥ ਰਜਿੰਦਰ ਜੀ ਆਏ ਹੋਏ ਹੈ ਜੀ, ਰਜਿੰਦਰ ਜੀ ਪ੍ਰੋਡਕਸ਼ਨ ਸੇ, ਜਿੰਕੀ ਫਿਲਮ ਦਾ ਹਮ ਗਾਣਾ ਕਰ ਰਹੇ ਹੈ, ਬਿਲਕੁਲ। ਤੇ ਫਿਰ ਰੇਡੀਓ ਸਾਰੇ ਜਨ ਸੁਣਨ ਲਈ ਜੀ ਸਰ, ਹੈ ਔਰ ਮੈਂ ਜਦ ਵੀ ਦੱਸਣਾ ਚਾਹੁੰਦਾ, ਮੈਂ ਜਦੋਂ ਗੁਰੂ ਜੀ ਨਾਲ ਆਪਾਂ ਗਾਣੇ ਕਰਦੇ ਸੀ, ਸਾਰਾ ਮਿਊਜ਼ਿਕ ਕਰਦੇ ਸੀ, ਤੇ ਉਹ ਤੋਂ ਮੈਨੂੰ ਯਾਦ ਹੈ ਵੀ ਅਸੀਂ ਸੁਖਵੀਰ ਸੀਗੇ ਆਪਣੇ ਦੁਬਈ ਵਾਲੇ, ਜਸਪਿੰਦਰ ਨੋਲਾ ਜੀ ਸੀਗੇ, ਔਰ ਜੱਸੀ ਆਪਣਾ ਗੁਰਦਾਸਪੁਰੀ ਹੈ, ਉਹ ਵੀ ਅਸੀਂ ਇਕੱਠੇ ਘੁੰਮ ਕੇ ਚੁਪਾਟੀ ਤੇ ਗੋਲ ਗੱਪੇ, ਖਟਿਆਈਆਂ ਮਠਿਆਈਆਂ ਖਾ ਕਹਿ ਕੇ,
ਸਾਡੀ ਪੈਂਟ ਜਿਹੜੀ ਮੈਂ ਗੋਡਿਆਂ ਤੱਕ ਚੜਾਈ ਸੀ, ਰੇਤਾ ਹੀ ਰੇਤਾ ਹੋਇਆ ਸੀਗਾ। ਸੋ ਜਦੋਂ ਟੀ ਸੀਰੀ ਗੋਲਡਨ ਚੈਰੀਅਟ ਸਟੂਡੀਓ ਚ ਗਏ ਤਾਂ ਜੈਦੇਵ ਸਟਿੰਗ ਕਰਕੇ ਹਟੇ ਸੀ, ਵਾਇਲਿਨ ਕਰਕੇ ਹਟੇ ਸੀਗੇ, ਤੇ ਉਹ ਕਹਿੰਦੇ ਵੀ ਮਿਊਜ਼ਿਕ ਸੁਣਨ ਵਾਸਤੇ ਥੋੜਾ ਡਮੀ ਚਲਾ ਜਾਊਗਾ। ਇਹ ਮੈਨੂੰ ਵੱਡਾ ਭਰਾ ਹੈ ਨਾ, ਮੈਨੂੰ ਘੂਰਦਾ ਰਹਿੰਦਾ, ਕਹਿੰਦਾ ਤੈਨੂੰ ਪਤਾ ਨੀ ਤੂੰ ਡਬਿੰਗ ਤੇ ਆਇਆ, ਤੂੰ ਚਟਨੀਆਂ ਖਾਈ ਜਾਂਦਾ। ਮੈਂ ਕਿਹਾ ਤੈਨੂੰ ਨੀ ਪਤਾ ਮੇਰਾ ਚਟਨੀ ਨਾਲ ਹੀ ਗਾਣਾ ਕਰਦਾ। ਸੋ ਉਹ ਗਾਣਾ ਮੇਰਾ ਮੋਸਟ ਫੇਵਰੇਟ ਹੈ ਸਾਰਿਆਂ ਦੇ। ਔਰ ਐਸਾ ਅਰੇਂਜਮੈਂਟ ਉਹਦਾ, ਸਟ੍ਰਿੰਗ ਦਾ, ਪਲਕ ਦਾ ਅਰੇਂਜਮੈਂਟ ਐਸ ਜੀ ਸੁਣਾਏਗਾ, ਪਲਕ ਦਾ ਉਹ ਜੋ ਵਾਇਲੈਂਸ ਦਾ ਅਰੇਂਜਮੈਂਟ ਸੀਗਾ। ਪਾਕਿਸਤਾਨ ਤੋਂ ਉਹਨਾਂ ਦਾ ਲਿਖਿਆ ਗਾਣਾ। ਅੱਜ ਆਪ ਹੀ ਤੀਲੀ ਖਤ ਟੁਕੜੇ ਟੁਕੜੇ ਕਰ ਦੇਣੀ ਮੈਂ, ਸਾੜ ਦੇਣਾ ਤਸਵੀਰਾਂ ਨੂੰ, ਖਤ ਟੁਕੜੇ ਟੁਕੜੇ ਕਰ ਦੇਣੇ ਮੈਂ, ਸਾੜ ਦੇਣਾ ਤਸਵੀਰਾਂ ਨੂੰ, ਜਦ ਤੂੰ ਹੀ ਨਹੀਂ ਤਾਂ ਕੀ ਕਰਨਾ। ਅਸਾਂ ਬਚਪਨ ਵਿੱਚ ਬਣਾਇਆ ਸੀ ਘਰ ਰਲ ਕੇ ਕੱਚੀ ਮਿੱਟੀ ਦਾ, ਅਸਾਂ ਬਚਪਨ ਵਿੱਚ ਬਣਾਇਆ ਸੀ ਘਰ ਰਲ ਕੇ ਕੱਚੀ ਮਿੱਟੀ ਦਾ, ਮੈਨੂੰ ਇੱਕ ਇੱਕ ਲਫ਼ਜ਼ ਉਹ ਚੇਤੇ ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ, ਮੈਂ ਦਿਲ ਤੇ
ਦੀਆਂ ਤਹਿਰੀਰਾਂ ਟੁਕੜੇ ਟੁਕੜੇ ਕਰ ਲੈਣੇ ਸਾੜ ਦੇਣਾ ਤਸਵੀਰਾਂ ਜਦ ਤੂੰ ਜਦ ਤੂੰ ਕੀ ਕਰਨੇ ਇਹਨਾਂ ਕਾਗਜ਼ ਦੀਆਂ ਜਾਗੀਰਾਂ ਟੁਕੜੇ ਕਰ ਦੇਣੇ ਮੈਂ ਦੇਣਾ ਤਸਵੀਰ ਲਾਸਟ ਟ੍ਰੈਕ ਜਗ ਤੇ ਆਇਆ ਮੈਂ ਫੁੱਲ ਸਾਂ ਉਜੜੇ ਗੁਲਸ਼ਨ ਦਾ ਮੈਂ ਬਿਨ ਖਿੜਿਓ ਕੁੰਬਲਾਇਆ ਮੇਰੇ ਲੇਖਾਂ ਦੇ ਵਿੱਚ ਹੋ ਕੇ ਸੰਗਾ ਮੈਂ ਰੋਣ ਲਈ ਜਗ ਤੇ ਆਇਆ ਮੈਂ ਸਾਦਿਕ ਪੁੱਛਦਾ ਰਹਿਣਾ ਸਾਦਿਕ ਪੁੱਛਦਾ ਰਹਿਣਾ ਹੱਥਾਂ ਦੀਆਂ ਚਾਰ ਲਕੀਰਾਂ ਨੂੰ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਜਦ ਤੂੰ ਵੀ ਨਹੀਂ ਤਾਂ ਕੀ ਕਰਨੇ ਤੂੰ ਹੀ ਨਹੀਂ ਤਾਂ ਕੀ ਕਰਨੇ ਇਹਨਾਂ ਕਾਗਜ਼ ਦੀਆਂ ਜਗੀਰਾਂ ਕਰ ਦੇਣੇ ਸਾੜ ਦੇਣਾ ਮੇਰੀ ਰੂਹ ਨੂੰ ਮੱਦੇਨਜ਼ਰ ਰੱਖ ਕੇ ਕੰਪੋਜੀਸ਼ਨਾਂ ਬਣਾਉਣਾ ਜਿੰਨੀਆਂ ਵੀ ਉਸ ਕੁੜੀ ਨੇ ਔਰ ਹੱਥ ਟੁਕੜੇ ਟੁਕੜੇ ਭਾਜੀ ਭਾਜੀ ਮੈਂ ਇੰਟਰਪਟ ਕਰੂੰਗਾ ਸਭ ਤੋਂ ਜ਼ਿਆਦਾ ਮੈਸੇਜ ਆਏ ਨੇ ਉਸ ਕੁੜੀ ਲਈ ਸਹੀ ਸੁਣਾ ਦੇ ਸਭ ਤੋਂ ਵੱਧ ਮੈਸੇਜ ਉਸ ਕੁੜੀ ਲਈ ਆਏ ਨੇ ਫੇਵਰਟ ਗਾਣਾ ਸਰ ਨਹੀਂ ਮੈਂ ਆਪਣਾ ਫੋਨ ਦੇਖ ਨਹੀਂ ਪਾ ਰਿਹਾ ਉਧਰ ਬੰਦਾ ਬਣਾ ਰਿਹਾ ਤੁਹਾਡਾ ਸਭ ਦਾ ਸ਼ੁਕਰੀਆ ਦਾ ਤੁਹਾਡੀ ਮੁਹੱਬਤ ਹੈ ਸਭ ਦੀ ਜਿੰਨਾ ਤੁਸੀਂ ਸਾਨੂੰ ਮੁਹੱਬਤ ਕਰਦੇ ਹੋ ਜੈਦੇਵ ਜੀ ਔਰ ਸਾਡਾ ਕਾਫੀ ਤਾਲਮੇਲ ਜਿਹੜਾ ਉਹ ਇੰਟਰਨਲੀ ਇਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਇੱਥੇ ਕੀ ਕਰਨਾ
ਤੇ ਮੈਨੂੰ ਪਤਾ ਹੁੰਦਾ ਵੀ ਜੈਦੇਵ ਨੇ ਮੈਨੂੰ ਦੇਣਾ ਕੀ। ਸੋ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਪਾਇਆ ਜਾਂਦਾ। ਸੋ ਮੈਂ ਸੰਜੀਵ ਆਨੰਦ ਜੀ ਔਰ ਦਵਿੰਦਰ ਖੰਨੇ ਵਾਲਾ, ਗੁਰਮਿੰਦਰ ਮੱਧੋ ਕੇ ਤਿਵਾੜੀ ਸਾਹਿਬ, ਦੇਵੀ ਮਖਸੂਸ ਸਾਹਿਬ, ਕਿਉਂਕਿ ਜਦੋਂ ਵੀ ਮੈਂ ਖੱਤ ਟੁਕੜੇ ਟੁਕੜੇ ਜਾਂ ਉਸ ਕੁੜੀ ਨੂੰ ਗਾਉਂਦਾ, ਜਿਹੜੇ ਲੋਕ ਬਹੁਤ ਸਾਨੂੰ ਪਿਆਰ ਕਰਦੇ, ਅਸੀਂ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਹਾਂ। ਜਿਵੇਂ ਸਲੀਮ ਹੈ, ਉਹ ਜਦੋਂ ਵੀ ਇਹ ਗਾਣਾ ਗਾਉਂਦਾ ਉਹਨੂੰ ਇੱਕ ਇੱਕ ਗਾਣਾ ਮੇਰਾ ਯਾਦ ਹੈ, ਫਿਰੋਜ਼ ਨੂੰ, ਮੀਕੇ ਨੂੰ। ਔਰ ਜਦੋਂ ਉਹਨਾਂ ਨੇ ਬਹਿਣਾ, ਉਹਨਾਂ ਨੇ ਸਾਨੂੰ ਭਾਅ ਜੀ ਖੱਤ ਟੁਕੜੇ ਟੁਕੜੇ ਉਸ ਕੁੜੀ ਨੇ, ਔਰ ਉਹ ਕਿਸੇ ਨਾਲੋਂ ਘੱਟ ਨਹੀਂ ਹੈ। ਸਾਰੇ ਗਵੱਈਏ ਬਹੁਤ ਅੱਛੇ ਨੇ, ਉਹ ਸਾਰੇ ਆਪਣੀ ਜਗ੍ਹਾ ਦੇ ਕਮਾਲ ਫਨਕਾਰ ਨੇ, ਪਰ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਬਣ ਜਾਂਦੀਆਂ ਨੇ। ਪਹਿਲਾ ਗੀਤ ਸੀ, ਪਹਿਲਾ ਗੀਤ ਸੀ।
ਲਿਖਾਇਆ ਉਸ ਕੁੜੀ ਨੇ, ਪਰ ਮੈਨੂੰ ਦਿਨੋਂ ਨਹੀਂ ਭੁਲਾਇਆ ਉਸ ਕੁੜੀ ਨੇ, ਹਾਂ ਪਰ ਮੈਨੂੰ ਦਿਨੋਂ ਨਹੀਂ ਭੁਲਾਇਆ ਉਸ ਕੁੜੀ ਨੇ। ਨਹੀਂ ਲਾਸਟ ਕਰਦਾ ਦਵਿੰਦਰ ਨੂੰ ਸ਼ਾਇਰ ਬਣਾਇਆ ਉਸ ਕੁੜੀ ਨੇ, ਪਰ ਮੈਨੂੰ ਦਿਲੋਂ ਨਹੀਂ ਭੁਲਾ ਉਸ ਕੁੜੀ, ਪਰ ਮੈਨੂੰ ਦਿਲੋਂ ਭੁਲਾਇਆ ਉਸ ਕੁੜੀ ਨੇ। ਇੱਕ ਛੋਟੀ ਇਹਦੇ ਵਿੱਚ ਮਿਕਸ ਕਰ ਦੋ। ਪੈਰ ਜਿੱਥੇ ਰੱਖਦਾ ਸੀ ਅੱਖੀਆਂ ਵਿਛਾਉਂਦੇ ਸੀ, ਪਹਿਲਾਂ ਅਸੀਂ ਤੈਨੂੰ ਰੱਬ ਨੂੰ ਧਿਆਉਂਦੇ, ਪੈਰ ਜਿੱਥੇ ਰੱਖਦਾ ਅੱਖੀਆਂ ਵਿਛਾਉਂਦੇ ਸੀ, ਪਹਿਲਾਂ ਅਸੀਂ ਤੈਨੂੰ ਫਿਰ ਰੱਬ ਨੂੰ ਧਿਆਉਂਦੇ ਸੀ, ਤੈਨੂੰ ਪਤਾ ਹੈ ਤੇਰੇ ਬਿਨਾ, ਤੈਨੂੰ ਪਤਾ ਤੇਰੇ ਬਿਨਾ, ਉਹ ਤੈਨੂੰ ਪਤਾ ਤੇਰੇ ਬਿਨਾ ਈਦ ਸਾਡੀ ਈਦ ਨਹੀਂ ਸੀ, ਤੇਰੇ ਕੋਲ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ, ਤੇਰੇ ਕੋਲ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ। ਆਪ ਸਭ ਸੇ ਇਜਾਜ਼ਤ ਲੇਨੇ ਸੇ ਪਹਿਲੇ ਏਕ ਹੀ ਬਾਤ ਬੋਲੂੰਗਾ, ਇਹ ਸਾਰਾ ਗਾਣਾ ਇਸਮੇ ਕੋਈ ਆਟੋ ਟਿਊਨ ਨਹੀਂ ਲਗਾਇਆ, ਨੋ ਮੈਲੋਡੀ, ਔਰ ਜੋ ਰਿਕਾਰਡ ਕੀ ਜਿੰਨੇ ਗਾਣੇ ਉਹਦੇ ਚ ਆਟੋ ਟਿਊਨ ਨਹੀਂ ਹੁੰਦਾ ਸੀ। ਸੋ ਕਈ ਵਾਰ ਆਦਮੀ ਕਾ ਵਕਤ ਚਲਦਾ ਹੈ, ਲੇਕਿਨ ਕਈ ਵਾਰ ਆਦਮੀ ਚਲਦਾ ਹੈ, ਔਰ ਸਰਦੂਲ ਉਨਮੇ ਸੇ ਹੈ ਕਿ ਜੋ ਤਬ ਸੇ ਸੁਣ ਰਹੇ ਹੈ ਆਜ ਉਸਸੇ ਅੱਛਾ ਗਾ ਰਹੇ ਹੈ, ਔਰ ਜ਼ਿੰਦਗੀ ਭਰ ਹਮੇ ਪਤਾ ਹੈ ਕਿ ਐਂਡਲੈਸ ਸਿੰਗਿੰਗ ਹੈ ਇਧਰ, ਜਬ ਆਤੇ ਹੈ ਕੁਛ ਨਈ ਬਾਤ ਕਰ ਜਾਤੇ ਹੈ। ਥੈਂਕ ਯੂ ਸਾਰੇ ਭਗਵਾਨ ਕੇ ਬਾਅਦ ਸੱਚੇ ਰੱਬ ਤੋਂ ਬਾਅਦ ਅੱਲਾਹ ਪਰਮਾਤਮਾ ਤੋਂ ਬਾਅਦ, ਇਹ ਸਭ ਤੁਹਾਡੀਆਂ ਦੁਆਵਾਂ ਨੇ ਚਾਹੁਣ ਵਾਲਿਆਂ ਦੀਆਂ, ਜਿੰਨੀ ਦੇਰ ਤੁਹਾਡੀਆਂ ਦੁਆਵਾਂ ਬਲੈਸਿੰਗ ਵਿਸ਼ਿਸ਼ ਤੁਹਾਡੀਆਂ ਨਾਲ ਨੇ ਗੁਰੂ ਜੀ।